ਇਹ ਮਾਮਲਾ 29 ਤਰੀਕ ਨੂੰ ਇੱਕ ਔਰਤ ਸੁਰਿੰਦਰ ਕੌਰ ਆ ਬਜ਼ੁਰਗ ਔਰਤ ਸਨ, ਉਹ ਜਾ ਰਹੇ ਸੀ ਗਲੀ ਬੰਦ ਕੇ ਬਿਆਰੇ ਨੂੰ, ਇੱਕ ਪਿੱਛੋਂ ਮੋਟਰਸਾਈਕਲ ਸਵਾਰ ਆਇਆ ਸੀ, ਉਹਨੇ ਉਹਨਾਂ ਦੀ ਕੰਨ ਦੀ ਵਾਲੀ ਤੋੜ ਕੇ ਅਤੇ ਨਾਲੇ ਉਹਨਾਂ ਦਾ ਕੰਨ ਜ਼ਖਮੀ ਕਰ ਦਿੱਤਾ ਸੀ। ਉਸ ਸੰਬੰਧ 'ਚ ਅਸੀਂ FIR ਦਰਜ ਕਰਕੇ ਮਾਣਯੋਗ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਜੀ ਗਿੱਲ, IPS ਕਮਿਸ਼ਨਰ ਆਫ ਅੰਮ੍ਰਿਤਸਰ, ਅਤੇ DCP ਸਰਦਾਰ ਮੁਕਵਿੰਦਰ ਸਿੰਘ ਭੁੱਲਰ, ADCP ਸਿਟੀ ਸੁਰਜੀਤ ਸੰਦੀਪ ਮਲਿਕ, ACP ਨਾਲ ਸ੍ਰੀ ਸਰਬਜੀਤ ਸਿੰਘ ਬਾਜਵਾ ਜੀ ਦੀਆਂ ਹਦਾਇਤਾਂ 'ਤੇ ਇੱਕ ਟੀਮ ਕੰਸਿਸਟ ਕੀਤੀ ਸੀ, ਜਿਹਦੇ ਵਿੱਚ ਐਸੇ ਬਲਵਿੰਦਰ ਸਿੰਘ, ਐਸੇ ਲਖਵਿੰਦਰ ਸਿੰਘ ਅਤੇ ਹੋਰ ਸਾਥੀ ਨਾਲ ਲਾਏ ਗਏ ਸੀ। ਅਤੇ ਅਸੀਂ ਟੈਕਨੀਕਲ ਆਧਾਰ 'ਤੇ, ਹੋਰ CCTV ਫੁਟੇਜ ਦੇ ਆਧਾਰ 'ਤੇ ਉਹਨੂੰ ਦੋਸ਼ੀ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ। ਅਤੇ ਇਹ ਸਾਡੇ ਕੋਲ 3 ਦਿਨ ਦੇ ਰਿਮਾਂਡ 'ਤੇ ਹੈਗਾ। ਇਹ ਤਕਰੀਬਨ 6 ਮਹੀਨੇ ਤੋਂ ਅੰਮ੍ਰਿਤਸਰ ਸ਼ਹਿਰ ਵਿੱਚ ਵਾਰਦਾਤਾਂ ਕਰ ਰਿਹਾ ਸੀ ਕੰਨ ਤੋਂ ਵਾਲੀ ਸਨੈਚਿੰਗ ਦੀਆਂ। ਇਸ ਤਰ੍ਹਾਂ ਜੋੜਾ ਫਾਟਕ ਤੋਂ, ਸ਼ਿਵਾਲਾ ਮੰਦਰ ਦੀ ਬੈਕ ਸਾਈਡ ਤੋਂ, ਇਸ ਤਰ੍ਹਾਂ ਦੀ 4 ਅਸੀਂ ਰਿਕਵਰੀਜ਼ ਕਰ ਲਈਆਂ ਉਹਨਾਂ ਕੋਲ 4 ਕੰਨ ਦੀਆਂ। ਸਰ ਕੋਈ CCTV ਫੁਟੇਜ ਵੀ ਆਈ ਸਾਡੇ? ਹਾਂ, CCTV ਫੁਟੇਜ ਦੇ ਆਧਾਰ 'ਤੇ ਹੀ ਅਸੀਂ ਇਹਨੂੰ, ਅਤੇ ਟੈਕਨੀਕਲ ਆਧਾਰ 'ਤੇ ਸਾਡੀ ਟੀਮ ਨੇ ਗ੍ਰਿਫਤਾਰ ਕੀਤਾ। FIR ਦਰਜ ਹੈ, ਪਹਿਲਾਂ ਹੀ ਆਲਰੇਡੀ FIR ਦਰਜ, 379B-2 ਦੇ ਤਹਿਤ ਦਰਜ, ਉਹਦੇ ਤਹਿਤ ਇਹਨੂੰ ਗ੍ਰਿਫਤਾਰ ਕਰਕੇ ਰਿਮਾਂਡ 'ਤੇ ਹੈਗਾ ਸਾਡੇ ਕੋਲ। ਅਸੀਂ ਹੋਰ ਵੀ ਬਰੀਕੀ ਨਾਲ ਕੋਸ਼ਿਸ਼ ਕਰ ਰਹੇ ਹਾਂ। ਠੀਕ। ਇਹ ਮਾਮਲਾ 29 ਤਰੀਕ ਨੂੰ ਇੱਕ ਔਰਤ ਸੁਰਿੰਦਰ ਕੌਰ ਆ ਬਜ਼ੁਰਗ ਔਰਤ ਸਨ, ਉਹ ਜਾ ਰਹੇ ਸੀ ਗਲੀ ਬੰਦ ਕੇ ਬਿਆਰੇ ਨੂੰ, ਇੱਕ ਪਿੱਛੋਂ ਮੋਟਰਸਾਈਕਲ ਸਵਾਰ ਆਇਆ ਸੀ, ਉਹਨੇ ਉਹਨਾਂ ਦੀ ਕੰਨ ਦੀ ਵਾਲੀ ਤੋੜ ਕੇ ਅਤੇ ਨਾਲੇ ਉਹਨਾਂ ਦਾ ਕੰਨ ਜ਼ਖਮੀ ਕਰ ਦਿੱਤਾ ਸੀ। ਉਸ ਸੰਬੰਧ 'ਚ ਅਸੀਂ FIR ਦਰਜ ਕਰਕੇ ਮਾਣਯੋਗ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਜੀ ਗਿੱਲ, IPS ਕਮਿਸ਼ਨਰ ਆਫ ਅੰਮ੍ਰਿਤਸਰ, ਅਤੇ DCP ਸਰਦਾਰ ਮੁਕਵਿੰਦਰ ਸਿੰਘ ਭੁੱਲਰ, ADCP ਸਿਟੀ ਸੁਰਜੀਤ ਸੰਦੀਪ ਮਲਿਕ, ACP ਨਾਲ ਸ੍ਰੀ ਸਰਬਜੀਤ ਸਿੰਘ ਬਾਜਵਾ ਜੀ ਦੀਆਂ ਹਦਾਇਤਾਂ 'ਤੇ ਇੱਕ ਟੀਮ ਕੰਸਿਸਟ ਕੀਤੀ ਸੀ, ਜਿਹਦੇ ਵਿੱਚ ਐਸੇ ਬਲਵਿੰਦਰ ਸਿੰਘ, ਐਸੇ ਲਖਵਿੰਦਰ ਸਿੰਘ ਅਤੇ ਹੋਰ ਸਾਥੀ ਨਾਲ ਲਾਏ ਗਏ ਸੀ। ਅਤੇ ਅਸੀਂ ਟੈਕਨੀਕਲ ਆਧਾਰ 'ਤੇ, ਹੋਰ CCTV ਫੁਟੇਜ ਦੇ ਆਧਾਰ 'ਤੇ ਉਹਨੂੰ, ਦੋਸ਼ੀ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ। ਅਤੇ ਇਹ ਸਾਡੇ ਕੋਲ 3 ਦਿਨ ਦੇ ਰਿਮਾਂਡ 'ਤੇ ਹੈਗਾ। ਇਹ ਤਕਰੀਬਨ 6 ਮਹੀਨੇ ਤੋਂ ਅੰਮ੍ਰਿਤਸਰ ਸ਼ਹਿਰ ਵਿੱਚ ਵਾਰਦਾਤਾਂ ਕਰ ਰਿਹਾ ਸੀ ਕੰਨ ਤੋਂ ਵਾਲੀ ਸਨੈਚਿੰਗ ਦੀਆਂ। ਇਸ ਤਰ੍ਹਾਂ ਜੋੜਾ ਫਾਟਕ ਤੋਂ, ਸ਼ਿਵਾਲਾ ਮੰਦਰ ਦੀ ਬੈਕ ਸਾਈਡ ਤੋਂ, ਇਸ ਤਰ੍ਹਾਂ ਦੀ 4 ਅਸੀਂ ਰਿਕਵਰੀਜ਼ ਕਰ ਲਈਆਂ ਉਹਨਾਂ ਕੋਲ 4 ਕੰਨ ਦੀਆਂ। ਸਰ ਕੋਈ CCTV ਫੁਟੇਜ ਵੀ ਆਈ ਸਾਡੇ? ਹਾਂ, CCTV ਫੁਟੇਜ ਦੇ ਆਧਾਰ 'ਤੇ ਹੀ ਅਸੀਂ ਇਹਨੂੰ, ਅਤੇ ਟੈਕਨੀਕਲ ਆਧਾਰ 'ਤੇ ਸਾਡੀ ਟੀਮ ਨੇ ਇਹਨੂੰ ਗ੍ਰਿਫਤਾਰ ਕੀਤਾ। FIR ਦਰਜ ਹੈ, ਪਹਿਲਾਂ ਹੀ ਆਲਰੇਡੀ FIR ਦਰਜ, 379B-2 ਦੇ ਤਹਿਤ ਦਰਜ, ਉਹਦੇ ਤਹਿਤ ਇਹਨੂੰ ਗ੍ਰਿਫਤਾਰ ਕਰਕੇ ਰਿਮਾਂਡ 'ਤੇ ਹੈਗਾ ਸਾਡੇ ਕੋਲ। ਅਸੀਂ ਹੋਰ ਵੀ ਬਰੀਕੀ ਨਾਲ ਕੋਸ਼ਿਸ਼ ਕਰ ਰਹੇ ਹਾਂ। ਠੀਕ।